ਪੰਜਾਬੀ ਰੇਡੀਓ USA ਲੈ ਕੇ ਆਇਆ ਤਾਈ ਫਿਨੋ ਦੀਆਂ ਤੱਤੀਆਂ। ਜਦੋਂ ਤੱਤੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ। ਬਈ ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। ਜਦੋਂ ਤੱਤੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ। ਮੜੀਆਂ ਵਿਚ ਦੀ ਲੰਘਦਾ ਹੋਵੇ, ਹੋ ਸਕਦਾ ਚੜੇਲਾਂ ਵੀ ਡਰ ਕੇ ਚੜ ਜਾਂਦੀਆਂ ਹੋਣੀਆਂ ਬੋਰਡ ਤੇ, ਵੀ ਲੰਘ ਹੀ ਲੈਣ ਦੇ ਨੂੰ, ਫੇਰ ਹੀ ਜਾਵਾਂਗੀਆਂ ਥੱਲੇ। ਤਾਈਏ ਫੇਰ ਕੀ ਤਾਇਆ, ਆਪਣਾ ਬੱਦਲ ਬਿਜਲੀ ਹਨੇਰੀ ਤੋਂ ਇਹਨਾਂ ਤੋਂ ਡਰਦਾ? ਨਹੀਂ ਨਹੀਂ ਡਰਦਾ, ਤੂੰ ਡਰਾ ਕੇ ਰਾਜੀਆਂ ਦੱਸ। ਤਾਈਏ ਫੇਰ ਇਹਦਾ ਮਤਲਬ ਤਾਇਆ ਤੇਰੇ ਤੋਂ ਬਿਨਾਂ ਕਿਸੇ ਤੋਂ ਵੀ ਨਹੀਂ ਡਰਦਾ? ਨਹੀਂ ਤੇਰਾ ਰਹਿ ਕੱਖ ਨਾ, ਨਹੀਂ ਤੇਰਾ ਏਦਾਂ ਦੀ ਦਾ ਤੇਰਾ ਕਹਿਣ ਦਾ ਕੀ ਮਤਲਬ ਆ? ਤਾਈਏ ਕੁਛ ਵੀ ਨਹੀਂ, ਮੈਂ ਤਾਂ ਐਵੇਂ ਬਸ ਆਪਣੀ ਨੌਲੇਜ ਚੈੱਕ ਕਰਦੀ ਸੀ। ਤੇਰੀਆਂ ਨੌਜਲਾਂ ਤਾਂ ਮੈਂ ਬੜੀਆਂ ਚੈੱਕ ਕਰਾਉਂਗੀ ਤੇਰੀਆਂ। ਹੈ ਤਾਈਏ, ਮੈਂ ਨਾ ਪੰਜਾਬੀ ਰੇਡੀਓ USA ਤੇ ਸੁਣਦੀ ਸੀ, ਕਹਿੰਦੇ ਵੀ ਅਮਰੀਕਾ ਦੇ ਵਿੱਚ ਨਾ ਹੁਣ ਜਿਹੜਾ ਰਾਸ਼ਟਰਪਤੀ ਚੋਣਾਂ ਦੇ ਲਈ ਇੱਕ ਉਮੀਦਵਾਰ ਆ, ਉਹ ਭਾਰਤ ਦੀਆਂ ਤਾਰੀਫਾਂ ਕਰੀ ਜਾਂਦਾ। ਨਾ ਕੀ ਕਹਿੰਦਾ ਕੁੜੇ? ਕਹਿੰਦਾ ਭਾਰਤ ਤਾਂ ਵਾਵਾ ਤਰੱਕੀ ਕਰੀ ਜਾਂਦਾ ਹੈ, ਪਰ ਕੋਈ ਉਹਦੇ ਬਾਰੇ ਚ ਗੱਲ ਹੀ ਨਹੀਂ ਕਰਦਾ। ਨਹੀਂ ਹੋ ਸਕਦਾ, ਸ਼ਾਇਦ ਕਦੇ ਮੋਦੀ ਸਾਹਿਬ ਨੂੰ ਦੇਖ ਲਿਆ ਉਹਨੇ, ਵੀ ਯਾਰ ਭਾਈ ਜਿਹੜੇ ਮੁਲਕ ਦਾ ਬੰਦਾ ਦੂਜੇ ਇੱਕ ਦਿਨ ਜਹਾਜ਼ ਤੇ ਚੜਿਆ ਰਹਿੰਦਾ, ਇਹਦਾ ਮਤਬਲ ਵੀ ਪੈਸੇ ਪਿੱਛੇ ਹੈਗੇ, ਤਾਂ ਹੀ ਕਮਾਈ ਫਿਰਦਾ ਜਹਾਜ਼। ਤਾਈਏ ਪਰ ਗੱਲ ਤਾਂ ਇਹ ਆ ਨਾ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਭਾਸ਼ਣ ਉਹਨਾਂ ਨੇ ਦਿੱਤੇ, ਉਹਦੇ ਵਿੱਚ ਮੈਕਸੀਕੋ, ਜਪਾਨ, ਚਾਈਨਾ ਇਹਨਾਂ ਸਾਰਿਆਂ ਦੀ ਤਾਂ ਬਦਖੋਈ ਕਰਦੇ ਰਹੇ ਨੇ, ਤੇ ਫਿਰ ਇੰਡੀਆ 'ਚ ਐਡੀ ਕਿਹੜੀ ਗੱਲ ਨਜ਼ਰ ਆ ਗਈ ਉਹਨਾਂ ਨੂੰ? ਨਹੀਂ ਮੈਨੂੰ ਹੋਰ ਵੀ ਸ਼ੰਕਾ ਵੀ ਹੋ ਸਕਦਾ, ਉਹਨੂੰ ਪੰਜਾਬੀ ਆਉਂਦੀ ਹੋਵੇ। ਤਾਈਏ ਇੱਦਾਂ ਕਿਉਂ? ਨਹੀਂ ਦੇਖ, ਜਾਂ ਤਾਂ ਪੰਜਾਬੀ ਅਖਬਾਰਾਂ ਪੜ੍ਹਦਾ ਹੋਣਾ, ਤੇ ਜਾਂ ਫਿਰ ਕੋਈ ਪੰਜਾਬੀ ਚੈਨਲ ਵੇਖਦਾ ਹੋਣਾ ਟੈਲੀਵਿਜ਼ਨ ਤੇ, ਜਿਹਦੇ ਤੇ ਕਹਿੰਦੇ ਹੁੰਦੇ ਆ ਵਿਕਾਸ ਵਿਕਾਸ ਵਿਕਾਸ, ਫੇਰ ਵਿਕਾਸ, ਥੋੜਾ ਹੋਰ ਵਿਕਾਸ, ਇਧਰੋਂ ਵੀ ਵਿਕਾਸ ਤੇ ਉਧਰੋਂ ਵੀ ਵਿਕਾਸ। ਤਾਈਏ ਬਸ ਵੀ ਕਰ। ਨਹੀਂ ਕਰ ਜਾ, ਥੋੜਾ ਕਰ ਤਾਂ ਲੈਣ ਦੇ। ਕੀ ਵਿਕਾਸ? ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। ਜਦੋਂ ਤੱਤੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ।